I'm not your typical, atypical. You gotta watch your energy, cause we were reciprocals. Diamond so clear, shorty thought they was invisible. Bulletproof the vibe, butterflies when the money come to mind. Only money make me calm. It's the shit that make me know. Only money. Hanji kida YouTube. Welcome back to my channel, PK Swag. ਮੈਂ ਤੁਹਾਡਾ ਆਪਣਾ ਜ਼ਹੀਰ ਪੱਟੀ ਬੈਕ ਅਗੇਨ ਵਿਦ ਅਨਦਰ ਰਿਐਕਸ਼ਨ ਵੀਡੀਓ। ਅੱਜ ਜਿਹੜੇ ਗਾਣੇ 'ਤੇ ਆਪਾਂ ਰਿਐਕਸ਼ਨ ਦੇਣਾ ਉਹ ਗਾਣੇ ਦਾ ਨਾਂ ਹੈ ਜਿੰਗਲ ਬੈਲ ਬਾਈ ਹਨੀ ਸਿੰਘ ਐਂਡ ਹੋਮੀ ਤਾ ਦਿੱਲੀਵਾਲਾ। ਆਈ ਡੋਂਟ ਨੋ ਕਿ ਹੋਮੀ ਦਿੱਲੀਵਾਲਾ ਕੌਣ ਹੈ, ਬਟ ਓਬਵੀਅਸਲੀ ਆਪਾਂ ਨੂੰ ਪਤਾ ਹੈ ਯੋ ਯੋ ਹਨੀ ਸਿੰਘ। ਆਪਾਂ ਲਾਸਟ ਗਾਣੇ 'ਤੇ ਰਿਐਕਸ਼ਨ ਦਿੱਤਾ ਸੀ ਫਸਟ ਕਿਸ, ਐਂਡ ਬਹੁਤ ਹੀ ਜ਼ਬਰਦਸਤ, ਬਹੁਤ ਹੀ ਸੁਥਰਾ ਆਰਟਿਸਟ ਹੈ, ਬਹੁਤ ਹੀ ਅੱਛੇ ਤਰੀਕੇ ਨਾਲ ਉਹਨੂੰ ਮਾਰਕੀਟ ਦਾ ਪਤਾ ਫਸਟ ਆਫ ਆਲ। ਅਤੇ ਯੋ ਯੋ ਹਨੀ ਸਿੰਘ, ਆਈ ਹਰਡ ਕਿ 2011-12-13 ਹੀ ਵਾਜ਼ ਵਨ ਆਫ ਦ ਫਾਈਨੈਸਟ ਆਰਟਿਸਟ ਇਨ ਪੰਜਾਬੀ ਇੰਡਸਟਰੀ। ਅਤੇ ਬਹੁਤ ਜ਼ਿਆਦਾ ਮਿਕਦਾਰ ਦੇ ਅੰਦਰ ਨਵੇਂ ਜਿੰਨੇ ਗਾਣੇ ਅਤੇ ਨਵਾਂ ਟਰੈਂਡ ਹੈ ਪੰਜਾਬੀ ਇੰਡਸਟਰੀ ਦੇ ਵਿੱਚ, ਉਹ ਯੋ ਯੋ ਹਨੀ ਸਿੰਘ ਨੇ ਲਿਆਂਦਾ ਸੀ। ਅਤੇ ਬਹੁਤ ਸਾਰੇ ਆਰਟਿਸਟ ਨੂੰ ਇੰਟਰੋਡਿਊਸ ਵੀ ਹਨੀ ਸਿੰਘ ਨੇ ਕੀਤਾ ਸੀ। ਅਤੇ ਕ੍ਰਿਸਮਿਸ ਦਾ ਸਪੈਸ਼ਲ ਹੈ ਜੀ ਗਾਣਾ ਜਿੰਗਲ ਬੈਲ, ਅਤੇ ਲਿਖਿਆ ਵੀ ਹੋਇਆ ਕ੍ਰਿਸਮਿਸ ਗਿਫਟ ਇਜ਼ ਆਊਟ ਰਾਈਟ ਨਾਓ। ਅਤੇ ਗਾਣੇ ਦੇ ਲਿਰਿਕਸ ਲਿਖੇ ਨੇ ਹਨੀ ਸਿੰਘ ਨੇ ਅਤੇ ਹੋਮੀ ਦਿੱਲੀ ਵਾਲੇ ਨੇ। ਅਤੇ ਵਹਿੰਦੇ ਹਾਂ ਗਾਣਾ ਕਿਵੇਂ ਦਾ। ਅਗਰ ਹਜੇ ਤੱਕ ਤੁਸੀਂ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ। ਆਪਾਂ ਇਸ ਚੈਨਲ 'ਤੇ $100 ਦਾ ਗਿਵ ਅਵੇ ਰੱਖਿਆ, ਮੈਂ ਲਿੰਕ ਡਿਸਕ੍ਰਿਪਸ਼ਨ 'ਚ ਪਾ ਦਿਆਂਗਾ। ਸਾਰੇ ਲਿੰਕ ਨੂੰ ਕਲਿੱਕ ਕਰੋ ਅਤੇ ਪਾਰਟੀਸਪੇਟ ਕਰੋ ਅਤੇ ਤੁਸੀਂ ਵੀ $100 ਜਿੱਤ ਸਕਦੇ ਹੋ। ਵਹਿੰਦੇ ਹਾਂ ਜੀ ਇਹ ਗਾਣਾ ਕਿਵੇਂ ਦਾ। Money, fame, dirty nice money, art. Fame. Spending millions every day, oh, but I'm still the same. Money, fame, dirty money, fame. Spending millions every day, but I'm still the same. Maybe I'm your Santa, white collar gangster. Main to nahi peeta, bol ke pila di Fanta. मुझे प्यार कर दिल से हिंदुस्तान की जनता अपन को अब रब से और कुछ नहीं मांगता घंटी बजी जिंगल 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 बस आज का जिंगल 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 चल करें थोड़े सिंगल 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 क्योंकि तू है सिंगल 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 होमी 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 खाओ पियो हैश करो मित्रों हैश करो हैश करो हैश करो मित्रों एक जिंदगी है सब कैश करो मित्रों जो भिड़े उसकी डैश की डैश करो मित्रों फ्लैश करो लाइट्स ऑन मी सारी आई साइट्स ऑन मी आज जा तुझे लेके चलूं रोली में घूमी घूमी घंटी बजे जिंगल 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 बस आज का जिंगल 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 चल करे थोड़े सिंगल 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 क्योंकि तू है सिंगल 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 ਰੈਪ ਰੂਪ ਜਿਹਾ ਕਰਦਾ ਏ ਮੁੰਡਾ ਪਟੂਆ ਪਟਣ ਨੂੰ ਫਿਰਦਾ ਏ ਕਹਿੰਦੇ ਰੈਪ ਰੂਪ ਜਿਹਾ ਕਰਦਾ ਏ ਮੁੰਡਾ ਪਟੂਆ ਪਟਣ ਨੂੰ ਪੁੱਛ ਡ੍ਰਿੰਕਸ ਇਨ ਦੀ ਏਅਰ ਲੋਕੀ ਕਰਨ ਵਾਹ ਜਿਵੇਂ ਗਾਲਿਬ ਦਾ ਸ਼ੇਅਰ ਤੇਰੀ ਸਹੇਲੀ ਕੂਰੇ ਕੋਸ ਆਮ ਮਿਲਨੇਅਰ ਰੰਨਾ ਸਾਰੀ ਜਾਣਦੀ ਆ ਕਰਦਾ ਨੀ ਕੇਅਰ ਜੱਟ ਕਰਦਾ ਨੀ ਕੇਅਰ ਇਕੱਠੇ ਹੋ ਗਏ ਯਾਰ ਬੇਲੀਸ ਗਲਾਸ ਵਿੱਚ ਪਾਈ ਬੇਲੀਸ ਯੂਕੇ ਤੋਂ ਆਈ ਸੇਲੀਸ ਆਂਟੀ ਨਾਲ ਲਾਈ ਪੁਲਿਸ 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 ਬਾਗੋ ਯੋ ਯੋ ਇਨ ਦ ਕਲੱਬ ਸਭ ਜਾਗੋ ਪੁਲਿਸ 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 ਬਾਗੋ ਯੋ ਯੋ ਇਨ ਦ ਕਲੱਬ ਸਭ ਜਾਗੋ ਘੰਟੀ ਵਜੇ ਜਿੰਗਲ 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 ਚੱਲ ਕਰੇ ਥੋੜੇ ਸਿੰਗਲ 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 ਕਿਉਂਕਿ ਤੂੰ ਹੈ ਸਿੰਗਲ 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 ਤਿੰਨ ਚਾਰ ਪੰਜ ਛੇ ਮੁੰਡੇ ਚਾਹੀਏ ਤੇਰਾ ਸਾਥ ਸਾਰੇ ਗਲਤ ਕਾਮੋ ਮੇ ਮੇਰੇ ਦੋਨੋਂ ਹੀ ਹੱਥ ਆਂਟੀ ਪੁਲਿਸ ਬੁਲਾ ਕੇ ਨਾ ਚੇ ਪੁਲਿਸ ਕੇ ਸਾਥ ਆਂਟੀ ਪੁਲਿਸ ਬੁਲਾ ਕੇ ਨਾ ਚੇ ਪੁਲਿਸ ਕੇ ਸਾਥ ਮਾਨੀ ਫੇਮ ਡਰੀ ਮਾਨੀ ਫੇਮ ਸਪੈਂਡਿੰਗ ਮਿਲੀਅਨਸ ਐਵਰੀ ਡੇ ਬਟ ਆ ਸਟਿਲ ਦ ਸੇਮ ਮਾਨੀ ਫੇਮ ਹੋ ਮਾਨੀ ਫੇਮ ਡਰੀ ਮਾਨੀ ਦਿੱਲੀ ਵਾਲਾ
ਗਾਣਾ ਜ਼ਬਰਦਸਤ ਸੀ ਯੂ ਨੋ ਬਟ ਇੱਕ ਵਿੱਚ ਲਾਇਨ ਸੀ ਆਂਟੀ ਪੁਲਿਸ ਬੁਲਾ ਕੇ ਖੁਦ ਪੁਲਿਸ ਕੇ ਸਾਥ ਨਾਚੇ ਆਈ ਥਿੰਕ ਇਹ ਗੱਲ ਬਾਦਸ਼ਾਹ ਨੂੰ ਕਹੀ ਹੈ ਇਹਨੇ ਕਿਉਂਕਿ ਮੈਂ ਸੁਣਿਆ ਕਿ ਹਨੀ ਸਿੰਘ ਔਰ ਬਾਦਸ਼ਾਹ ਦੇ ਯੂਜ ਟੂ ਬੀ ਫਰੈਂਡ ਐਂਡ ਦੇ ਵਰ ਇਨ ਅ ਸੇਮ ਗਰੁੱਪ ਰਾਈਟ ਮੈਨੂੰ ਕਮੈਂਟ ਕਰਕੇ ਦੱਸਿਓ ਆਈ ਥਿੰਕ ਦੇ ਵਰ ਇਨ ਅ ਸੇਮ ਗਰੁੱਪ ਅਤੇ ਉਹਨਾਂ ਦਾ ਗਾਣਾ ਆਇਆ ਸੀ ਆਂਟੀ ਪੁਲਿਸ ਬੁਲਾ ਲਏਗੀ ਅਤੇ ਇਹ ਗਾਣਾ ਜਾਂ ਇਹ ਲਿਰਿਕਸ ਜਿਹੜੇ ਨੇ ਆਂਟੀ ਪੁਲਿਸ ਕੇ ਸਾਥ ਡਾਂਸ ਕਰੇ ਸਮਥਿੰਗ ਯਾਨੀ ਇਹ ਲੱਗਦਾ ਹੈ ਕਿ ਹਨੀ ਭਾਅ ਜੀ ਨੇ ਬਾਦਸ਼ਾਹ ਨੂੰ ਕੋਈ ਪਤਾ ਨਹੀਂ ਇਹ ਲੈਣ ਲਿਖੀ ਹੋਈ ਉਹਨਾਂ ਨੂੰ ਦੱਸਣ ਵਾਸਤੇ ਅਤੇ ਗਾਣਾ ਜ਼ਬਰਦਸਤ ਸੀ ਲੇਕਿਨ ਯੂ ਨੋ ਹਨੀ ਸਿੰਘ ਦਾ ਇੱਕ ਅੱਡਾ ਵੱਡਾ ਨਾਂ ਹੈ ਠੀਕ ਹੈ ਐਂਡ ਹਨੀ ਸਿੰਘ ਕੋਲ ਮੈਂ ਕੁਛ ਹੋਰ ਐਕਸਪੈਕਟ ਕਰ ਰਿਹਾ ਸਾਂ ਕਿਉਂਕਿ ਲਾਸਟ ਜਿਹੜਾ ਗਾਣਾ ਉਹਨਾਂ ਦਾ ਆਇਆ ਫਸਟ ਕਿਸ ਬਹੁਤ ਅੱਛਾ ਗਾਣਾ ਸੀ ਠੀਕ ਹੈ ਇਹ ਹੋ ਸਕਦਾ ਕਲੱਬ ਟਾਈਪ ਦਾ ਗਾਣਾ ਲੇਕਿਨ ਯੂ ਨੋ ਹਨੀ ਸਿੰਘ ਕੋਲੋਂ ਇਹਦੇ ਯੋ ਹਨੀ ਸਿੰਘ ਇੱਕ ਬ੍ਰੈਂਡ ਹੈ ਹਨੀ ਸਿੰਘ ਠੀਕ ਹੈ ਉਹਦੇ ਕੋਲ ਲੋਕਾਂ ਦੀਆਂ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਨੇ ਅਤੇ ਗਾਣਾ ਜ਼ਬਰਦਸਤ ਸੀ ਠੀਕ ਹੈ ਕ੍ਰਿਸਮਿਸ 'ਤੇ ਇੱਕ ਗਿਫਟ ਆਇਆ ਆਈ ਵਾਜ਼ ਐਕਸਪੈਕਟਿੰਗ ਕਿ ਬਹੁਤ ਵੱਡਾ ਕੋਈ ਗਾਣਾ ਹੋਏਗਾ ਇਟ ਇਜ਼ ਅ ਨਾਈਸ ਸੌਂਗ ਯੂ ਨੋ ਇੱਕ ਅੱਛਾ ਗਿਫਟ ਹੈ ਜਿਹੜੇ ਲੋਕ ਆਪਣੇ ਕ੍ਰਿਸਮਿਸ ਸੈਲੀਬ੍ਰੇਟ ਕਰਦੇ ਨੇ ਉਹਨਾਂ ਦੇ ਵਾਸਤੇ ਕਲੱਬ ਦੇ ਵਿੱਚ ਗਾਣਾ ਉਹਨਾਂ ਸ਼ੂਟ ਕੀਤਾ ਅਤੇ ਉਹਦੇ ਵਿੱਚ ਹੀ ਸਾਰਾ ਬਣਾਇਆ ਵਿੱਚ ਇੱਕ ਹੋਰ ਸਿੰਗਰ ਵੀ ਸੀ ਵੀਡੀਓ ਦੇ ਅੰਦਰ ਮੈਨੂੰ ਉਹਦਾ ਨਾਂ ਨਹੀਂ ਆਉਂਦਾ ਲੇਕਿਨ ਉਹ ਵੀ ਵਿੱਚ ਹੈ ਸੀ ਉਹਦਾ ਨਾਂ ਨਹੀਂ ਮੈਨੂੰ ਆਉਂਦਾ ਹੁਣ ਉਹਦਾ ਨਾਂ ਕੀ ਹੈ ਉਹਦੇ ਗਾਣੇ ਮੈਂ ਕਿਤੇ ਵੇਖੇ ਨੇ ਆਲਰੇਡੀ ਅਤੇ ਉਹ ਕਮੈਂਟ ਕਰਕੇ ਦੱਸਿਓ ਕਿ ਉਹ ਸਿੰਗਰ ਕੌਣ ਸਨ ਜਿਹੜੇ ਵਿੱਚ ਵੀਡੀਓ ਦੇ ਸਨ ਇੱਕ ਹੋਰ ਅਤੇ ਬਾਕੀ ਓਵਰਆਲ ਹਨੀ ਸਿੰਘ ਦੀ ਡਰੈਸਿੰਗ ਆਲਵੇਜ਼ ਔਨ ਪੁਆਇੰਟ ਹੁੰਦੀ ਹੈ ਹਨੀ ਸਿੰਘ ਦਾ ਸਟਾਈਲ ਹਨੀ ਸਿੰਘ ਦਾ ਸਟਾਰਡਮ ਹਰ ਵੀਡੀਓ ਦੇ ਵਿੱਚ ਇੱਕ ਲੈਵਲ ਦਾ ਹੁੰਦਾ ਇਹਨਾਂ ਦਾ ਸਾਰਿਆਂ ਨੂੰ ਪਤਾ ਹੈ ਕਿ ਹਨੀ ਸਿੰਘ ਜਦੋਂ ਦੇ ਇੰਡਸਟਰੀ ਦੇ ਵਿੱਚ ਆਏ ਨੇ ਉਹਨਾਂ ਨੇ ਇੱਕ ਰੈਵੋਲਿਊਸ਼ਨ ਲਿਆਂਦੀ ਹੈ ਨਵੀਂ ਟਾਈਪ ਦਾ ਮਿਊਜ਼ਿਕ ਉਹਨਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਪੈਸ਼ਲੀ 2012 13 14 ਦੇ ਵਿੱਚ ਹਨੀ ਸਿੰਘ ਬੱਲੇ ਬੱਲੇ ਸੀ ਹਨੀ ਸਿੰਘ ਦੀ ਬਾਅਦ 'ਚ ਉਹਨਾਂ ਨੂੰ ਕੀ ਹੋਇਆ ਆਈ ਨੋ ਬਾਅਦ 'ਚ ਉਹਨਾਂ ਨੂੰ ਕੀ ਹੋਇਆ ਆਈ ਹੈਵ ਨੋ ਆਈਡੀਆ ਕਿ ਉਹ ਇੰਡਸਟਰੀ 'ਚੋਂ 3-4 ਸਾਲ ਗਾਇਬ ਹੋ ਗਏ ਸਨ ਬਾਅਦ ਦੇ ਵਿੱਚ ਉਹਨਾਂ ਕਮਬੈਕ ਕੀਤਾ ਅਤੇ ਬਾਅਦ ਦੇ ਵਿੱਚੋਂ ਵੀ ਇਹਨਾਂ ਦੇ ਗਾਣੇ ਜ਼ਬਰਦਸਤ ਨੇ ਬਹੁਤ ਹੀ ਜ਼ਬਰਦਸਤ ਨੇ ਲੇਕਿਨ ਮੈਂ ਐਕਸਪੈਕਟ ਕਰ ਰਿਹਾ ਸਾਂ ਕਿ ਗਾਣਾ ਬਹੁਤ ਟਾਪ ਦਾ ਹੋਏਗਾ ਲਿਰਿਕਸ ਜ਼ਬਰਦਸਤ ਹੋਣਗੇ ਹਨੀ ਸਿੰਘ ਦੀ ਰੈਪ ਲਾਈਕ ਮੈਨੂੰ ਕੀ ਲੱਗਦਾ ਮੈਂ ਹਨੀ ਸਿੰਘ ਦਾ ਇੱਕ ਗਾਣਾ ਸੁਣਿਆ ਸੀ ਬਰਾਊਨ ਕੁੜੀ ਹੈ ਨਹੀਂ ਤੇਰੇ ਬਰਾਊਨ ਰੰਗ ਦੇ ਉਹ ਗਾਣਿਆਂ ਦਾ ਅਤੇ ਇਸ ਗਾਣੇ ਤੱਕ ਅਗਰ ਹੁਣ ਕੰਪੇਅਰ ਕਰੋ ਤੁਸੀਂ ਤਾਂ ਬਹੁਤ ਮੁਸ਼ਕਲ ਹੈ ਤੁਸੀਂ ਪਛਾਣ ਨਹੀਂ ਸਕਦੇ ਕਿ ਉਹ ਹਨੀ ਸਿੰਘ ਅਤੇ ਇਹ ਹਨੀ ਸਿੰਘ ਸੇਮ ਨੇ ਜਾਂ ਡਿਫਰੈਂਟ ਨੇ ਆਬਵੀਅਸਲੀ ਇੰਡਸਟਰੀ ਚੇਂਜ ਹੋ ਗਈ ਹੈ ਆਬਵੀਅਸਲੀ ਬਹੁਤ ਜ਼ਿਆਦਾ ਯੂ ਨੋ ਕੰਪੀਟੀਸ਼ਨ ਵੀ ਆ ਗਿਆ ਲੇਕਿਨ ਹਨੀ ਸਿੰਘ ਦੇ ਜਿਹੜੇ ਰੀਅਲ ਫੈਨਸ ਨੇ ਦੇ ਨੋ ਕਿ ਹਨੀ ਸਿੰਘ ਕਿਹੋ ਜਿਹਾ ਮਿਊਜ਼ਿਕ ਪ੍ਰੋਡਿਊਸ ਕਰਦਾ ਅਤੇ ਹਨੀ ਸਿੰਘ ਇੱਕ ਬਹੁਤ ਹੀ ਅੱਛਾ ਅਤੇ ਬਾਕਮਾਲ ਆਰਟਿਸਟ ਹੈ ਕਿਉਂਕਿ ਜਿਹੜੀ ਵੀਡੀਓਜ਼ ਹੁੰਦੀਆਂ ਨਾ ਹਨੀ ਸਿੰਘ ਦੀਆਂ ਉਹ ਹਾਈ ਲੈਵਲ ਦੀ ਹੁੰਦੀਆਂ ਲਾਈਕ ਬਹੁਤ ਜ਼ਿਆਦਾ ਪੈਸੇ ਵੀਰ ਬਹੁਤ ਜ਼ਿਆਦਾ ਪੈਸੇ ਖਰਚ ਕਰਦਾ ਆਪਣੀ ਵੀਡੀਓਜ਼ ਦੇ ਉੱਤੇ ਅਤੇ ਆਪਣਾ ਕਰਾਫਟ ਜਿਹੜਾ ਹਮੇਸ਼ਾ ਹੀ ਹਰ ਬੰਦੇ ਨੂੰ ਅੱਛਾ ਲੱਗਦਾ ਹੈ ਗਾਣਾ ਠੀਕ ਸੀ ਮੈਂ ਐਕਸਪੈਕਟ ਕਰ ਰਿਹਾ ਹਨੀ ਸਿੰਘ ਦੇ ਜ਼ਬਰਦਸਤ ਜੇ ਗਾਣੇ ਆਉਂਦੇ ਨਵਾਂ ਸਾਲ ਆ ਰਿਹਾ ਠੀਕ ਹੈ 2021 ਉਮੀਦ ਹੈ ਕਿ ਰੱਬ ਕਰੇ ਬਹੁਤ ਚੰਗਾ ਹੋਏਗਾ ਅਤੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਗਾਣੇ ਆਉਣਗੇ ਹਨੀ ਸਿੰਘ ਦੇ ਕਿਉਂਕਿ ਮੈਂ 2012-13 ਵਾਲਾ ਹਨੀ ਸਿੰਘ ਮਿਸ ਕਰ ਰਿਹਾ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਗਰ ਤੁਸੀਂ ਕ੍ਰਿਸਮਿਸ ਮਨਾਉਂਦੇ ਹੋ ਤਾਂ ਮੈਰੀ ਕ੍ਰਿਸਮਿਸ ਜੀ ਅਗਰ ਤੁਸੀਂ ਨਹੀਂ ਮਨਾਉਂਦੇ ਤਾਂ ਹੈਪੀ ਹੋਲੀਡੇਜ਼ ਖੁਸ਼ ਰਹੋ ਅਤੇ ਖੁਸ਼ ਰੱਖੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਨਵਾਂ ਗਾਣਾ ਕਿਵੇਂ ਦਾ ਲੱਗਿਆ ਜ਼ਬਰਦਸਤ ਸੀ ਬਹੁਤ ਅੱਛਾ ਸੀ ਪਾਰਟੀ ਸੌਂਗ ਸੀ ਗੱਡੀ ਦੇ ਵਿੱਚ ਚੱਲ ਸਕਦਾ ਕ੍ਰਿਸਮਿਸ ਪਾਰਟੀਆਂ 'ਤੇ ਚੱਲ ਸਕਦਾ ਖੁਸ਼ ਰਹੋ ਅਤੇ ਖੁਸ਼ ਰੱਖੋ ਇੱਜ਼ਤ ਦਵੋ ਅਤੇ ਇੱਜ਼ਤ ਕਰਾਓ ਨਸ਼ਿਆਂ ਤੋਂ ਦੂਰ ਰਹੋ ਮਾਂ ਪਿਓ ਦੀ ਇੱਜ਼ਤ ਕਰੋ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਲਾ ਹਾਫਿਜ਼ Energy cause we were reciprocals Diamond so clear, shorty thought they was invisible Bulletproof the vibe, butterflies when the money come to mind money make me calm